ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀਐਡ ਦੀ ਡੇਟ ਸ਼ੀਟ ਸੈਕਿੰਡ ਸੈਮ ਦੀ ਜੋ ਚੇਂਜ ਹੋਇਆ ਹੈ ਉਹ ਨਵੀਂ ਡੇਟ ਸ਼ੀਟ ਪੇਸ਼ ਕਰ ਰਿਹਾ ਹਾਂ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੁਝ ਇੱਕ ਸਟੂਡੈਂਟਸ ਦੇ ਜੋ ਪੇਪਰ ਸਨ ਕਲੈਸ਼ ਕਰ ਰਹੇ ਸਨ, ਕਲੈਸ਼ ਤੋਂ ਬਾਅਦ ਐਪਲੀਕੇਸ਼ਨ ਦੇਣੀ ਹੁੰਦੀ ਹੈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹ ਰਿਵਾਈਜ਼ਡ ਡੇਟ ਸ਼ੀਟ ਉਹਨਾਂ ਦੇ ਕਲੈਸ਼ ਨੂੰ ਤੋੜਨ ਲਈ ਪੇਸ਼ ਕੀਤੀ ਹੈ। ਡੇਟ ਸ਼ੀਟ ਦੇ ਇੰਪੋਰਟੈਂਟ ਆਸਪੈਕਟ ਮੈਂ ਬਾਅਦ ਵਿੱਚ ਡਿਸਕਸ ਕਰਦਾ ਹਾਂ। ਪਹਿਲਾਂ ਡੇਟ ਸ਼ੀਟ ਹੈ ਸੈਮ 2 ਦੀ 9 ਵਜੇ ਤੋਂ 12 ਵਜੇ ਤੱਕ ਪੇਪਰ ਹੈ, ਐਕਸੈਪਟ ਵੀ ਆਰ ਇੰਡੀਕੇਟਡ ਅਦਰਵਾਈਜ਼ ਟਾਈਮ ਦਿੱਤਾ ਹੋਏਗਾ। 25 ਮਈ 2024 ਨੂੰ ਸੈਟਰਡੇ ਨੂੰ ਫਸਟ ਪੇਪਰ ਹੈ ਅੰਡਰਸਟੈਂਡਿੰਗ ਦਾ ਲਰਨਰ ਐਂਡ ਲਰਨਿੰਗ ਪ੍ਰੋਸੈਸ। 29-5 ਨੂੰ ਚਾਰ ਦਿਨਾਂ ਬਾਅਦ ਵੈਨਸਡੇ ਬੁੱਧਵਾਰ ਹੈ। ਪੇਪਰ 4 ਐਂਡ 5 CPIB ਐਂਡ CP2 ਇਹ ਪੇਪਰ ਕਿਹੜਾ ਹੈ, ਪੈਡਾਗੋਜੀ ਆਫ ਸਕੂਲ ਸਬਜੈਕਟ 1 ਐਂਡ 2। ਹੁਣ ਇਹਨਾਂ ਦੇ ਵਿੱਚ ਜਿਹੜੀਆਂ ਆਪਸ਼ਨ ਤੁਹਾਡੇ ਕੋਲ ਹੈ, ਪਾਰਟ ਪੀ ਓ ਪੈਡਾਗੋਜੀ ਆਪਸ਼ਨ ਹੈ, ਕੰਪਿਊਟਰ ਸਾਇੰਸ ਹੈ ਇਸ ਦਿਨ ਪੇਪਰ, ਔਰ ਹੋਮ ਸਾਇੰਸ ਹੈ। ਟਾਈਮ ਇਸ ਦਾ 9 ਵਜੇ ਤੋਂ 10:30 ਵਜੇ ਤੱਕ ਹੈ। ਇਟ ਮੀਨਸ ਬਾਕੀ ਜਿਹੜਾ ਇਹ ਵਾਲਾ ਪੇਪਰ ਹੈ ਇਹ 3 ਘੰਟੇ ਦਾ ਹੈ, ਇਹ 1.5 ਘੰਟੇ ਦਾ ਪੇਪਰ ਹੈ। ਸੋ ਨਾਲ ਮੈਂਸ਼ਨ ਕੀਤਾ ਗਿਆ ਹੈ 5 ਜੂਨ 2024 ਨੂੰ ਵੈਨਸਡੇ, ਫਿਰ ਇੱਕ ਹਫ਼ਤੇ ਬਾਅਦ ਅਗਲਾ ਪੇਪਰ ਹੈ। ਪੇਪਰ 4-5 ਉਹੀ ਹੈ, ਪੈਡਾਗੋਜੀ ਆਫ ਸਕੂਲ ਸਬਜੈਕਟਸ ਜਿਹੜੇ ਨੇ, ਪੇਪਰ 2 ਉਹਦੇ ਵਿੱਚੋਂ ਆਪਸ਼ਨ ਹੈ ਜਿਨ੍ਹਾਂ ਕੋਲ ਹਿਸਟਰੀ, ਪੈਡਾਗੋਜੀ ਆਫ ਹਿਸਟਰੀ, ਪੈਡਾਗੋਜੀ ਆਫ ਜੋਗ੍ਰਾਫੀ, ਪੈਡਾਗੋਜੀ ਆਫ ਪੋਲੀਟੀਕਲ ਸਾਇੰਸ, ਪੈਡਾਗੋਜੀ ਆਫ ਇਕਨੋਮਿਕਸ। ਇਹ 9 ਤੋਂ 10:30 ਵਜੇ ਪੇਪਰ ਹੈ। ਅਗਲੀ ਵਾਰ ਇਹ ਵੀ ਪੇਪਰ ਵੱਡੇ ਹੋ ਜਾਣੇ ਹਨ ਨੈਕਸਟ ਸੈਸ਼ਨ ਤੋਂ। 6-6 ਨੈਕਸਟ ਡੇ ਹੀ ਹੈ, 6 ਜੂਨ Thursday ਨੂੰ ਪੈਡਾਗੋਜੀ ਆਫ ਸਕੂਲ ਸਬਜੈਕਟਸ ਦੇ ਪੇਪਰ ਹੈ। ਆਪਸ਼ਨ ਹੈ ਮੈਥਮੈਟਿਕਸ, ਲਾਈਫ ਸਾਇੰਸ, ਮਿਊਜ਼ਿਕ। ਇਹਨਾਂ ਦੇ 9 ਤੋਂ 9:30 ਵਜੇ ਤੱਕ ਪੇਪਰ ਹੈ। 7 ਜੂਨ Friday ਨੂੰ ਪੈਡਾਗੋਜੀ ਆਫ ਸਕੂਲ ਸਬਜੈਕਟਸ ਦੇ ਪੇਪਰ ਹੈ। ਆਪਸ਼ਨ ਕਿਹੜੇ ਕਿਹੜੇ ਇਸ ਦਿਨ ਹੈ, ਕਾਮਰਸ, ਫਿਜ਼ੀਕਲ ਸਾਇੰਸ, ਫਿਜ਼ੀਕਲ ਐਜੂਕੇਸ਼ਨ। 9 ਵਜੇ ਤੋਂ 10:30 ਵਜੇ ਤੱਕ ਹੈ, 1.5 ਘੰਟੇ ਦਾ ਪੇਪਰ। 8 ਜੂਨ Saturday ਨੂੰ ਪੈਡਾਗੋਜੀ ਆਫ ਸਕੂਲ ਸਬਜੈਕਟਸ ਹੈ, ਪੈਡਾਗੋਜੀ ਆਫ ਪੰਜਾਬੀ ਅਧਿਆਪਨ ਇਸ ਦਾ ਲਿਖਿਆ ਹੁੰਦਾ ਹੈ, ਹਿੰਦੀ ਸ਼ਿਕਸ਼ਣ, ਇੰਗਲਿਸ਼। ਸੋ ਲੈਂਗੁਏਜ ਦੇ ਪੇਪਰ ਨੇ ਨੋਰਮਲੀ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੇਮ ਡੇ, ਸੋ ਲੈਂਗੁਏਜ ਦੇ ਕੰਬੀਨੇਸ਼ਨ ਨਹੀਂ ਦਿੰਦੀ, ਇਸ ਤੋਂ ਇਹ ਕਲੀਅਰ ਹੁੰਦਾ ਹੈ। ਜਿਹੜੇ ਅਗਲੇ ਵਿਦਿਆਰਥੀ ਨੇ ਉਹ ਸਮਝ ਸਕਦੇ ਨੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੈਂਗੁਏਜ ਇਸ ਲਈ ਸੇਮ ਨਹੀਂ ਮਿਲਦਾ, ਇਸ ਲਈ ਇਹ ਸੇਮ ਡੇ ਡੇਟ ਹੈ। ਸੋ ਜਿਹੜੇ ਇਹ ਕੰਬੀਨੇਸ਼ਨ ਇੱਕੋ ਦਿਨ ਆ ਰਹੇ ਨੇ, ਇਹ ਕੰਬੀਨੇਸ਼ਨ ਇਕੱਠੇ ਨਹੀਂ ਮਿਲਦੇ, ਕਮਰਸ ਨਾਲ ਫਿਜ਼ੀਕਲ ਸਾਇੰਸ ਔਰ ਫਿਜ਼ੀਕਲ ਐਜੂਕੇਸ਼ਨ ਇਹ ਨਹੀਂ ਮਿਲਦੇ, ਦੈਟ ਇਜ਼ ਵਾਈ ਸੇਮ ਡੇ ਉਹ ਪੇਪਰ ਹੋ ਰਿਹਾ ਹੈ। ਇਸੇ ਤਰ੍ਹਾਂ ਮੈਥਸ, ਲਾਈਫ ਸਾਇੰਸ, ਮਿਊਜ਼ਿਕ, ਅੱਗੇ ਚੱਲਦੇ ਹਾਂ। ਜਿਹੜੇ ਪੇਪਰ ਚੇਂਜ ਹੋਏ ਨੇ, 11 ਜੂਨ 2024 ਨੂੰ ਟਿਊਜ਼ਡੇ ਨੂੰ 3rd ਪੇਪਰ ਹੈ, ਐਜੂਕੇਸ਼ਨਲ ਟੈਕਨੋਲੋਜੀ, ICT। 12 ਜੂਨ 2024 ਨੂੰ ਵੈਨਸਡੇ ਨੂੰ 2nd ਪੇਪਰ ਹੈ, ਅਸੈਸਮੈਂਟ ਫੋਰ ਲਰਨਿੰਗ। ਔਰ 13 ਜੂਨ 2024 ਨੂੰ ਥਰਸਡੇ ਨੂੰ ਪੇਪਰ 4-5 ਪੈਡਾਗੋਜੀ ਆਫ ਸਕੂਲ ਸਬਜੈਕਟ, ਜਿਹੜੇ ਆਪਸ਼ਨ ਹੈ ਸੋਸ਼ਲ ਸਾਇੰਸ, ਸਾਇੰਸ ਐਂਡ ਫਾਈਨ ਆਰਟ, ਇਹ ਕਦੇ ਇਕੱਠੇ ਨਹੀਂ ਹੁੰਦੇ, 1.5 ਘੰਟੇ ਦਾ ਪੇਪਰ ਹੈ। ਸੋ ਕਿਸੇ ਵੀ ਪੇਪਰ ਵਿੱਚ ਕਿਸੇ ਟੋਪਿਕ ਦੀ ਤੁਹਾਨੂੰ ਕੋਈ ਪ੍ਰੋਬਲਮ ਹੈ ਉਹ ਇਮੀਡੀਏਟ ਕਮੈਂਟ ਬਾਕਸ 'ਚ ਲਿਖੋ, ਇੱਕ ਦਿਨ ਦੇ ਵਿੱਚ ਉਹ ਤੁਹਾਨੂੰ ਟੋਪਿਕ ਮਿਲ ਜਾਏਗਾ। ਬੇਸ਼ੱਕ ਨੋਟਸ ਵੀ ਕੋਸ਼ਿਸ਼ ਕਰਾਂਗਾ ਅਪਲੋਡ ਨਾਲ ਕਰਦਿਆਂ।
ਕਿਸੇ ਕੁਐਸਚਨ ਨੂੰ ਯਾਦ ਕਿੱਦਾਂ ਕਰਨਾ ਹੈ, ਉਹ ਕੋਈ ਪ੍ਰੋਬਲਮ ਆਉਂਦੀ ਹੈ ਉਹ ਵੀ ਨਾਲ ਪਾ ਦਾਂਗਾ। ਕੁਝ ਇੱਕ ਸਕੂਲ ਮੈਨੇਜਮੈਂਟ ਦੇ ਹੈ ਜਿਹੜੇ ਫੋਰਥ ਸੈਮ ਦੇ ਹੈ, ਇਹ ਸੈਕਿੰਡ ਸੈਮ ਦੇ ਹੈ। ਸੈਕਿੰਡ ਸੈਮ ਦੇ ਵੀ ਜੇ ਅੰਡਰਸਟੈਂਡਿੰਗ ਤੋਂ ਟੈਕਨੋਲੋਜੀ ਔਰ ਅਸੈਸਮੈਂਟ 'ਚੋਂ ਜਿਹੜਾ ਕੁਐਸਚਨ ਤੁਹਾਨੂੰ ਔਖਾ ਲੱਗਦਾ ਹੈ, ਤੁਸੀਂ ਪੁੱਛ ਸਕਦੇ ਹੋ। ਨੋਟਸ ਹੈ, ਨੋਟ ਹੈ, ਸਮੂਹ ਸੰਬੰਧਤਾ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਕਈ ਵਾਰ ਡੇਟ ਸ਼ੀਟ ਵਿੱਚ ਤਬਦੀਲੀ ਹੋ ਜਾਂਦੀ ਹੈ, ਇਸ ਲਈ ਪ੍ਰੀਖਿਆਰਥੀਆਂ ਨੂੰ ਸਮੇਂ ਸਮੇਂ ਫਿਰ ਅਪਡੇਟ ਇਹ ਵੈਬਸਾਈਟ 'ਚ ਦੇਖਦੇ ਰਹਿਣਾ ਚਾਹੀਦਾ ਹੈ। ਪ੍ਰੀਖਿਆਵਾਂ ਆਫਲਾਈਨ ਮੋਡ ਵਿੱਚ ਹੋ ਰਹੀਆਂ ਹਨ, ਪਤਾ ਹੈ ਤੁਹਾਨੂੰ, ਕੇਂਦਰ ਵਿੱਚ ਬੈਠ ਕੇ ਹੋਣੀਆਂ ਹਨ, ਕੋਪੀਰਾਈਟ ਹੈ। ਇਸ ਤੋਂ ਇਲਾਵਾ ਜ਼ਰੂਰੀ ਪਾਰਟ ਹੈ ਇਸ ਦਾ ਸ਼ੁਰੂ ਵਿੱਚ ਜੋ ਲਿਖਿਆ ਹੈ ਕਿ ਹਰ ਹਾਲਤ ਵਿੱਚ ਤੁਸੀਂ 15 ਮਿੰਟ ਪਹਿਲਾਂ 8:45 'ਤੇ ਜਿਹੜਾ ਹੈ ਪਹੁੰਚ ਜਾਣਾ ਹੈ, ਕੈਂਡੀਡੇਟ ਮਸਟ ਔਨ ਦੀਅਰ ਸੀਟਸ, ਕਿਉਂਕਿ 15 ਮਿੰਟ ਤੁਹਾਨੂੰ ਦਿੱਤੇ ਜਾਂਦੇ ਨੇ OMR ਸ਼ੀਟ ਭਰਨ ਵਿੱਚ, ਜਿਹੜੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ 'ਚ ਨਹੀਂ ਹੁੰਦੇ। 15 ਮਿੰਟ 'ਚ ਤੁਸੀਂ ਆਪਣਾ ਜਿਹੜਾ ਹੈ ਇਹ ਕੰਪਲੀਟ ਕਰਕੇ 9 ਵਜੇ ਤੁਹਾਨੂੰ ਜਿਹੜੇ ਨੇ ਕੁਐਸਚਨ ਪੇਪਰ ਡਿਸਟ੍ਰੀਬਿਊਟ ਕਰ ਦਿੱਤੇ ਜਾਣਗੇ। ਸੋ ਜੋ 9 ਤੋਂ 12 ਵਜੇ ਤੱਕ ਪੇਪਰ ਹੈ, ਬਾਕੀ 1.5 ਘੰਟੇ ਦੇ ਨੇ ਦੱਸੇ ਗਏ। ਇਸ ਤੋਂ ਇਲਾਵਾ ਡੇਟ ਸ਼ੀਟ ਵਿੱਚ ਕੇਵਲ ਮੌਜੂਦਾ ਸਿਲੇਬਸ ਵਾਲੇ ਪੇਪਰ ਵਿਸ਼ੇ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਜੇਕਰ ਪੁਰਾਣੇ ਸਿਲੇਬਸ 2017-18-19-20-21-22-23 ਵਾਲੇ ਰੀਪੀਅਰ ਦੇ ਪ੍ਰੀਖਿਆਰਥੀਆਂ ਦਾ ਪੇਪਰ ਵਿਸ਼ਾ ਉਸ ਦੇ ਪੁਰਾਣੇ ਸਿਲੇਬਸ ਅਨੁਸਾਰ ਡੇਟ ਸ਼ੀਟ ਵਿੱਚ ਸ਼ਾਮਲ ਨਹੀਂ ਹੈ, ਤਾਂ ਉਸ ਪੇਪਰ ਵਿਸ਼ੇ ਨੂੰ ਡੇਟ ਸ਼ੀਟ ਵਿੱਚ ਸ਼ਾਮਿਲ ਕਰਵਾਉਣ ਲਈ ਤੁਰੰਤ ਪ੍ਰੀਖਿਆਵਾਂ ਆਰੰਭ ਹੋਣ ਤੋਂ ਪਹਿਲਾਂ ਕੰਡਕਟ ਸ਼ਾਖਾ ਨਾਲ ਤਾਲਮੇਲ ਕਰਤਾ ਜਾਵੇ। ਇੱਥੋਂ ਸਮਝ ਆਉਂਦਾ ਹੈ ਕਿ ਤੁਹਾਨੂੰ ਅਵੇਅਰ ਰਹਿਣਾ ਪੈਣਾ ਹੈ ਕਿ ਜਿਹੜੀ ਤੁਹਾਡੀ ਡੇਟ ਸ਼ੀਟ ਹੈ, ਜਿਹੜਾ ਪੇਪਰ ਦੇਣਾ ਹੈ, ਉਹ ਤੁਸੀਂ ਕੀ ਵਿੱਚ ਸ਼ਾਮਿਲ ਕੀਤਾ ਹੈ ਜਾਂ ਨਹੀਂ। ਇਸ ਸੰਬੰਧ ਲਈ ਮੋਬਾਈਲ ਨੰਬਰ 8146692638283830014 ਤੇ ਸੰਪਰਕ ਕੀਤਾ ਜਾ ਸਕਦਾ ਹੈ। 9463726393। ਸੋ ਇਹ ਡੇਟ ਸ਼ੀਟ ਹੈ, ਰਿਵੀਜ਼ਨ ਤੁਹਾਨੂੰ ਦੇਖਦੇ ਰਹਿਣਾ ਪੈਣਾ ਹੈ। ਅਪਡੇਟ ਆਪਣੇ ਵਟਸਐਪ ਗਰੁੱਪ ਵਿੱਚ ਵੀ ਰਹੋ, ਕੋਈ ਟੋਪਿਕ ਤੰਗ ਕਰਦਾ ਹੈ, ਕੰਸੈਪਟ ਤੰਗ ਕਰਦਾ ਹੈ, ਉਹ ਜ਼ਰੂਰ ਦੱਸੋ, ਕਿਉਂਕਿ ਇਹ ਲਰਨਿੰਗ ਜੋ ਹੈ ਅੱਗੇ ਤੁਹਾਡੇ ਟੈਟ ਵਿੱਚ, UGC ਟੈਟ ਵਿੱਚ ਜਾਂ ਸਿਲੈਕਸ਼ਨ ਟੈਸਟ ਵਿੱਚ ਕਿਤੇ ਵੀ ਕੰਮ ਆ ਸਕਦੀ ਹੈ। ਥੈਂਕ ਯੂ ਡਾਕਟਰ।